ਤੇ ਕਿੱਦਾਂ ਦੋਸਤੋ, ਹੋਪ ਕਰਦਾ ਤਾਂ ਸਾਰੇ ਵਧੀਆ ਹੋ ਗਏ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਨੇ ਪਾਕਿਸਤਾਨ ਬਾਰੇ ਇੱਕ ਗਾਣਾ ਲਿਖਿਆ ਸੀ ਤੇ ਸਿੱਧੂ ਦੇ 6 ਹੋਰ ਹਨ। ਇਸ ਗਾਣੇ ਦੇ ਬਾਰੇ ਵੀ ਡਿਸਕਸ਼ਨ ਕਰਾਂਗੇ ਆਪਾਂ ਤੇ ਕਰਨ ਔਜਲਾ ਦੇ ਵੀ ਅਪਕਮਿੰਗ ਪ੍ਰੋਜੈਕਟਸ ਨੂੰ ਡਿਸਕਸ ਕਰਾਂਗੇ। ਸਭ ਨਾਲ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ, ਚਲੇ ਸ਼ੁਰੂ ਕਰਦੇ ਹਾਂ। ਇਸ ਸਾਈਡ ਸਿੱਧੂ ਮੂਸੇਵਾਲੇ ਬਾਈ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਤੇ ਅਟੈਚ ਗਾਣੇ ਦੇ ਸੈੱਟ ਤੋਂ ਇੱਕ ਫੋਟੋ ਨੂੰ ਐਜ਼ ਅ ਪੋਸਟ ਤੇ ਸਟੋਰੀ ਸ਼ੇਅਰ ਕੀਤਾ ਗਿਆ ਹੈ। ਉਹ ਪੋਸਟ ਤੇ ਸਿੱਧੂ ਮੂਸੇਵਾਲੇ ਬਾਈ ਦੀ ਮੋਸਟ ਸਟੇਪ ਵਿੱਚ ਅਨਫਕਵੀਟੇਬਲ ਟਰੈਕ ਨੂੰ ਪਲੇ ਕੀਤਾ ਗਿਆ ਸੀ ਤੇ ਪਾਰਟਿਕੂਲਰ ਦੀ ਲਾਈਨਸ ਵੀ ਉਹ ਯੂਜ਼ ਕੀਤੀਆਂ ਗਿਆ ਜਿੱਥੇ ਸਿੱਧੂ ਬਾਈ ਕਿਸੇ ਨੂੰ ਟਾਰਗੇਟ ਕਰ ਰਹੇ ਸੀ। ਸੋ ਹੁਣ ਤੁਸੀਂ ਦੱਸਣਾ ਕਮੈਂਟਾਂ 'ਚ ਕਿ ਇਹ ਲਾਈਨਸ ਕਿਹਦੇ ਵਾਸਤੇ ਸਨ। ਗੁਰਜੇਲ ਸੱਤਰ ਨੇ ਇੱਕ ਆਦੀ ਪੋਡਕਾਸਟ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਤੇ ਕਰਨ ਔਜਲਾ ਬਾਈ ਦੇ ਬਾਰੇ ਗੱਲਬਾਤ ਕੀਤੀ। ਗੁਰਜੇਲ ਸੱਤਰ ਦੱਸ ਰਹੇ ਨੇ ਕਿ ਜਦੋਂ ਸਿੱਧੂ ਬਾਈ ਨੇ ਉਹਨਾਂ ਦੀ ਪਹਿਲੀ ਟਰੈਕ ਜੀ ਵੈਗਨ ਰਿਲੀਜ਼ ਕੀਤੀ ਗਈ, ਗੁਰਜੇਲ ਸੱਤਰ ਇਹ ਗਾਣਾ ਬਣਾਉਣਾ ਨਹੀਂ ਚਾਹੁੰਦੇ ਸੀ। ਡੱਕ ਕਿਰਪਾਨਾਂ ਉੱਤੇ ਖਾਂਦੇ ਰੋਟੀਆਂ, ਕਿਹਾ ਯਾਰ ਵੀ ਰਹਿਣ ਦੀ ਆਪਾਂ ਇਹ ਗਾਣਾ ਦੀਪ ਚਾਂਡੂ ਬਾਈ ਦੇ ਕਰਕੇ ਉਹਨਾਂ ਨੇ ਗਾਣੇ ਨੂੰ ਬਣਾਇਆ। ਬਟ ਉਹਨਾਂ ਨੂੰ ਉਸ ਟਾਈਮ ਸਿੱਧੂ ਬਾਈ ਦਾ ਨਹੀਂ ਸੀ ਪਤਾ, ਜੀ ਵੈਗਨ ਗਾਣਾ ਸਾਨੂੰ ਦੀਪ ਚਾਂਡੂ ਹੋਣਾ ਕਰਕੇ ਸਾਨੂੰ ਨਹੀਂ ਸੀ ਪਤਾ ਕਿ ਇਹ ਸਿੱਧੂ ਮੂਸੇਵਾਲੇ ਦਾ ਗਾਣਾ ਹੈ। ਪਹਿਲੇ ਗਾਣੇ ਦੇ ਲਿਰਿਕਸ ਨੂੰ ਗੈਂਗਸਟਰ ਟੱਚ ਹੋਣ ਦੀ ਵਜ੍ਹਾ ਤੋਂ ਰਿਜੈਕਟ ਕਰਨ ਲੱਗੇ ਸੀ, ਬਟ ਸਿੱਧੂ ਬਾਈ ਦੇ ਸੁਭਾਅ ਤੇ ਉਹਨਾਂ ਦੀ ਨੇਚਰ ਦੀ ਵਜ੍ਹਾ ਤੋਂ ਉਹਨਾਂ ਨੇ ਗਾਣੇ ਨੂੰ ਐਕਸੈਪਟ ਕੀਤਾ। ਗੁਰਜੇਲ ਸੱਤਰ ਤੇ ਕਹਿੰਦੇ ਨੇ ਕਿ ਮੈਂ ਗਾਣਾ 8-9 ਦਿਨਾਂ ਬਾਅਦ ਬਣਾ ਕੇ ਸੈਂਡ ਕੀਤਾ ਸੀ, ਬਟ ਸਿੱਧੂ ਨੇ ਪਹਿਲੇ ਦਿਨ ਹੀ ਪੇਮੈਂਟ ਪਾਤੀ ਸੀ। ਪਹਿਲਾਂ ਉਹਨਾਂ ਨੇ ਪੇਮੈਂਟ ਪਾਈ, ਅਸੀਂ ਮੈਨੂੰ ਲੱਗਦਾ 8-10 ਦਿਨਾਂ ਬਾਅਦ ਗਾਣਾ ਕਰਕੇ ਭੇਜਿਆ। ਫਿਰ ਗੁਰਜੇਲ ਸੱਤਰ ਸਿੱਧੂ ਮੂਸੇਵਾਲੇ ਬਾਈ ਨੂੰ ਪੂਰੀ ਪੰਜਾਬੀ ਇੰਡਸਟਰੀ 'ਚ ਰੈਵੋਲੂਸ਼ਨ ਲਿਆਉਣ ਵਾਸਤੇ ਕ੍ਰੈਡਿਟ ਦਿੰਦੇ ਹਨ ਕਿ ਇਹ ਸਾਰਾ ਦੌਰ ਸਿੱਧੂ ਮੂਸੇਵਾਲੇ ਨੇ ਹੀ ਬਦਲਿਆ। ਅੱਜ ਸਿੱਧੂ ਸਾਡਾ ਭਰਾ ਇਸ ਦੁਨੀਆ ਤੇ ਨਹੀਂ ਵੀ ਹੈਗਾ, ਪਰ ਉਹਦੀ ਪਿੱਠ ਸੁਣਦੀ ਹੈ। ਔਰ ਅਭੀ ਤੋ ਰੁਕੋ, ਕਲਾਈਮੈਕਸ ਅਭੀ ਬਾਕੀ। ਸਿੱਧੂ ਆਇਆ ਇਸ ਲਾਈਨ ਦੇ ਵਿੱਚ, ਦੌਰ ਬਿਲਕੁਲ ਚੇਂਜ। ਤੇ ਗੁਰਜੇਲ ਸੱਤਰਾ ਦੀ ਇਹ ਪੋਡਕਾਸਟ 'ਚ ਕਰਨ ਔਜਲਾ ਬਾਈ ਦੇ ਬਾਰੇ ਵੀ ਗੱਲਬਾਤ ਕਰ ਰਹੇ ਸੀ ਕਿ ਪਹਿਲੇ ਉਹਨਾਂ ਦੇ ਕਰਨ ਔਜਲਾ ਨਾਲ ਬੈਕ ਟੂ ਬੈਕ ਗਾਣੇ ਆਉਂਦੇ ਸਨ। ਕਰਨ ਔਜਲਾ ਦੇ ਨਾਲ ਤਾਂ ਫਿਰ ਤੁਹਾਡੇ ਬੈਕ ਟੂ ਬੈਕ ਆਉਂਦੇ ਰਹੇ, ਲੇਕਿਨ ਹੁਣ ਵੀ ਸੋਨ ਇਨ ਦਾ ਫਿਊਚਰ ਜਲਦ ਹੀ ਤੁਹਾਨੂੰ ਕਰਨ ਔਜਲਾ ਨਾਲ ਗੁਰਜੇਲ ਸੱਤਰ ਦੀ ਫਿਚਰ ਟਰੈਕ ਸੁਣਨ ਨੂੰ ਮਿਲੇਗੀ। ਹੁਣ ਵੀ ਆਏਗਾ ਗਾਣਾ। ਫਿਰ ਕਰਨ ਔਜਲਾ ਬਾਈ ਨੇ ਰੀਸੈਂਟਲੀ ਸਿੱਧੂ ਮੂਸੇਵਾਲੇ ਬਾਈ ਦੀ ਇੱਕ ਪੋਸਟ ਨੂੰ ਲਾਈਕ ਕੀਤਾ ਹੈ। ਇਹ ਕੈਸੇ ਹੋ ਗਿਆ? ਅਭੀ ਬਦਤ ਹੈ ਭਾਈ। ਇਹ ਪੋਸਟ ਕੁਝ ਇੰਜ ਹੈ ਜਿੰਦੇ ਤੁਸੀਂ ਵੇਖ ਸਕਦੇ ਜੇ ਇੱਕ ਬੰਦੇ ਨੂੰ ਜਦੋਂ ਫਰਾਰੀ ਤੇ ਹੋਰ ਸਪੋਰਟਸ ਕਾਰਾਂ ਬਾਰੇ ਪੁੱਛਿਆ ਜਾਂਦਾ ਹੈ ਤੇ ਉਹ ਕਹਿੰਦਾ ਨੋ, ਓਨਲੀ ਜੀ ਵੈਗਨ ਐਂਡ ਰੋਲਸ ਰਾਇਸ। ਫਰਾਰੀ, BMW, ਯਾ ਆਈ ਡੋਨਟ ਲਾਈਕ ਲਾਈਕ ਵੀ ਕੀਤਾ। ਹੁਣ ਆਪਾਂ ਕਰਨ ਔਜਲਾ ਬਾਈ ਤੇ ਆਈਫਾ ਸ਼ੋਅ ਦੀ ਗੱਲ ਕਰ ਰਹੇ ਤੇ ਰੀਸੈਂਟਲੀ ਕਰਨ ਔਜਲਾ ਬਾਈ ਨੂੰ ਆਈਫਾ ਅਵਾਰਡਸ ਦੇ ਵੱਲੋਂ ਇੰਟਰਨੈਸ਼ਨਲ ਟ੍ਰੈਂਡ ਸੈਟਰ ਦਾ ਅਵਾਰਡ ਦਿੱਤਾ ਗਿਆ। ਟ੍ਰੈਂਡ ਸੈਟਰ ਆਫ ਦਾ ਈਅਰ ਕਰਨ ਔਜਲਾ ਬਾਈ ਨੇ ਆਈਫਾ ਦੇ ਸਟੇਜ ਤੇ ਟੋਗਲ ਤੋਂ ਬਾਅਦ ਟ੍ਰੈਕ ਤੇ ਸੋਫਟਲੀ ਟ੍ਰੈਕ ਨੂੰ ਲਾਈਵ ਗਾਇਆ ਵੀ ਹੈ। ਤੇਰੇ ਤੇ ਕੀ ਲਿਖਾਂ ਹੁਸਨ ਤੇਰਾ। ਫਿਰ ਕਰਨ ਔਜਲਾ ਬਾਈ ਆਈਫਾ ਸ਼ੋਅ ਦੇ ਵਿੱਚ ਹਨੀ ਸਿੰਘ ਪਾਜੀ ਦੇ ਨਾਲ ਬੈਠੇ ਸਪੋਟ ਹੋਏ ਨੇ। ਓਰੇ ਬਾਬਾ, ਸੋ ਕਰਨ ਔਜਲਾ ਤੇ ਹਨੀ ਸਿੰਘ ਦਾ ਫਸਟ ਮੀਟਅਪ ਹੋ ਗਿਆ ਜੀ। ਹੁਣ ਮੈਂ ਵੀ ਇਹਨਾਂ ਦੀ ਇੱਕ ਕੁਲੈਬ ਵੀ ਆਪਾਂ ਨੂੰ ਸੁਣਨ ਨੂੰ ਮਿਲੇ। ਸਮਾਂ ਹੀ ਦੱਸੂਗਾ ਮੇਰੇ ਵੀਰਿਓ। ਹੁਣ ਕਰਨ ਔਜਲਾ ਦੇ ਇੱਕ ਜੀ ਗਾਣੇ ਦੀ ਗੱਲ ਕਰਨੀ ਕਰੋ। ਰੀਸੈਂਟਲੀ ਕਰਨ ਔਜਲਾ ਬਾਈ ਦੇ ਗਾਣਾ ਲੀਕ ਕੀਤਾ ਗਿਆ ਜਿਹਦਾ ਟਾਈਟਲ ਹੈ ਸੂਟ ਲਾਹੌਰ ਤੋਂ, ਤੇ ਇਹਦੇ ਬੋਲ ਕੁਝ ਇਦਾਂ ਦੇ ਨੇ। ਤੈਨੂੰ ਸੂਟ ਮੈਂ ਲਾਹੌਰ ਤੋਂ ਲਿਆ, ਜੇ ਪਾ ਲੈਂਗੀ ਤਾਂ ਦੱਸ ਦੇਣੀ। ਇਹ ਗਾਣੇ 'ਚ ਮਿਊਜ਼ਿਕ ਕੀਤਾ ਇੱਕ ਹੀ ਨੇ ਮੈਂ ਲਾਈਕੀ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਗਾਣਾ ਡਰਾਫਟ ਵਰੀਆਂ ਨੇ, ਯਾਨੀ ਕਿ ਮੈਂ ਵੀ ਇਹ ਵੀ ਹੋ ਸਕਦਾ ਹੈ। ਜਦੋਂ ਕਰਨ ਔਜਲਾ ਬਾਈ ਮੇਕਿੰਗ ਮੈਮਰੀਜ਼ ਬਣਾ ਰਹੇ ਸੀ ਤਾਂ ਉਦੋਂ ਇਹ ਗਾਣੇ ਨੂੰ ਬਣਾ ਬਣੂ ਕੇ ਡਰਾਫਟ ਲਾ ਤਾਵੇ ਕਿ ਬਾਅਦ ਜੋ ਰਿਲੀਜ਼ ਕਰਾਂਗੇ, ਕਿਉਂਕਿ ਮਿਊਜ਼ਿਕ ਇਹਦੇ 'ਚ ਵੀ ਇੱਕ ਹੀ ਦਾ, ਸੋ ਕੁਛ ਵੀ ਹੋ ਸਕਦਾ ਹੈ। ਬਾਕੀ ਗਾਣੇ ਦੀ ਓਵਰਆਲ ਵਾਈਬ ਇੱਕਦਮ ਇਹ ਟਰੈਕ ਦੇ ਵਿੱਚ ਲਾਹੌਰ ਨੂੰ ਮੈਂਸ਼ਨ ਕੀਤਾ ਹੈ ਕਰਨ ਔਜਲਾ ਬਾਈ ਨੇ। ਰੀਸੈਂਟਲੀ ਆਈਫਾ ਸ਼ੋਅ ਦੇ ਵਿੱਚ ਕਰਨ ਔਜਲਾ ਬਾਈ ਕੋਲ ਪਾਕਿਸਤਾਨ ਟੂਰ ਦੇ ਬਾਰੇ ਵੀ ਪੁੱਛਿਆ ਜਾ ਰਿਹਾ ਸੀ ਤੇ ਕਰਨ ਔਜਲਾ ਬਾਈ ਨੇ ਤਾਂ ਕਿਹਾ ਕਿ ਪਾਕਿਸਤਾਨ ਬਾਰੇ ਪਲਾਨ ਕਰ ਰਹੇ ਹਾਂ, ਸੂਨ ਪਾਕਿਸਤਾਨ ਦਾ ਟੂਰ ਵੀ ਲਾਵਾਂਗੇ। ਟੂਰਿੰਗ ਪਾਕਿਸਤਾਨ ਵੈਰੀ ਸੂਨ ਬ੍ਰਦਰ, ਵੀ ਆਰ ਵਰਕਿੰਗ ਔਨ ਇਟ।
ਹੁਣ ਸਿੱਧੂ ਮੂਸੇਵਾਲੇ ਬਾਈ ਦੇ 6 ਅਨਰਿਲੀਜ਼ ਗਾਣਿਆਂ ਦੀ ਗੱਲ ਕਰਨੀ ਹੈ ਤੇ ਇਹ ਕਨਸੈਪਟ ਸਿੱਧੂ ਮੂਸੇਵਾਲੇ ਬਾਈ ਦੇ ਲਾਈਵ ਸ਼ੋਅ ਦੇ ਵਿੱਚ ਜਿਹੜੇ ਉਹਨਾਂ ਨੇ ਗਾਣੇ ਲਾਈਵ ਗਾਏ ਹੋਏ ਨੇ, ਬਟ ਉਹ ਗਾਣੇ ਹੈਗੇ ਅਨਰਿਲੀਜ਼ ਨੇ, ਆਫੀਸ਼ਲੀ ਕਿਸੇ ਪਾਸੇ ਰਿਲੀਜ਼ ਨਹੀਂ ਕੀਤੇ ਗਏ। ਠੀਕ ਹੈ ਸਮਰੀਆ। ਦੇਖਿਏ ਸਿੱਧੂ ਮੂਸੇਵਾਲੇ ਬਾਈ ਦੇ ਵੱਲੋਂ ਗਏ ਸੀ ਕਿਉਂਕਿ ਤੁਸੀਂ ਵੇਖ ਸਕਦੇ ਜੇ ਕਿ ਸਿੱਧੂ ਮੂਸੇਵਾਲੇ ਬਾਈ ਲਾਈਵ ਸ਼ੋਅ ਦੇ ਵਿੱਚ ਆਪਣੇ ਫੋਨ ਤੋਂ ਲਿਰਿਕਸ ਵੇਖ ਕੇ ਲਾਈਵ ਗਾ ਰਹੇ ਨੇ। ਹਾਂ ਬਿਲਕੁਲ। ਸੋ ਉਹ 6 ਸੌਂਗ ਕੁਝ ਏਦਾਂ ਨੇ, ਤੁਸੀਂ ਸਾਰੇ ਇੱਕ ਇੱਕ ਕਰਕੇ ਸੁਣੋ। ਹੁਣ ਦੱਸੋ ਕਿਹਦਾ ਕਿਹਦਾ ਕੰਡਾ ਕੱਢਣਾ ਗੱਭਰੂ ਜਮਾਨ ਤੇ ਕਹਿਣਾ ਮੈਂ ਸ਼ਰੀਫੀ ਨਾਲ ਤੁਰ ਜਾਓ ਨਹੀਂ ਤਾਂ ਪਿਆਉਣਾ ਮੈਨੂੰ ਆਉਂਦਾ ਬਾਤ ਸਰ ਪਿੱਛੇ ਹੁੰਦੀ ਆਪਣੀ ਯਹੀ ਨਹੀਂ ਅਭੀ ਔਰ ਸੁਣੀਏ ਮਜ਼ਾ ਆ ਗਿਆ ਭਾਈ। ਇਹ ਸਾਰੇ ਦੇ ਸਾਰੇ ਗਾਣੇ, ਸਾਰੀਆਂ ਦੀ ਸਾਰੀ ਲਾਈਨਾਂ, ਸਾਰੀ ਵਰਸਾ ਅਨਰਿਲੀਜ਼ ਨੇ। ਸਾਰੀ ਵਰਸਾ ਨੂੰ ਕੋਈ ਕਹਿਣ ਜਾਂ ਮਿਊਜ਼ਿਕ ਪ੍ਰੋਡਿਊਸਰ ਨਵੇਂ ਮਿਊਜ਼ਿਕ ਤੇ ਮਿਕਸ ਤੇ ਮਾਸਟਰ ਕਰ ਸਕਦੇ ਨੇ ਜੀ, ਜਾਂ ਇਹਨਾਂ ਨੂੰ ਰੀਕ੍ਰੀਏਟ ਵੀ ਕੀਤਾ ਜਾ ਸਕਦਾ, ਸਿੱਧੂ ਬਾਈ ਦੀ ਆਵਾਜ਼ 'ਚ ਕਨਵਰਟ ਕੀਤਾ ਜਾ ਸਕਦਾ ਹੈ, ਕੁਝ ਵੀ ਹੋ ਸਕਦਾ ਯਾਰ, ਕਿਉਂਕਿ ਲਿਰਿਕਸ ਤੇ ਸਿੱਧੂ ਮੂਸੇਵਾਲੇ ਦੇ ਨੇ ਜੀ। ਸੋ ਬੇਸਿਕਲੀ ਸਿੱਧੂ ਬਾਈ ਦਾ ਅਨਰਿਲੀਜ਼ ਸਟਫ ਅਨਲਿਮਿਟਿਡ ਹੈਗਾ, ਅਗਰ ਟੀਮ ਇਹਨੂੰ ਐਕਸਪਲੋਰ ਕਰੇ ਤੇ। ਸਹੀ ਕਹਿ ਰਹੇ ਹੋ ਸਰ ਆਪ। ਇਹ ਕਨਸੈਪਟ ਵੀ ਸਿੱਧੂ ਬਾਈ ਦੇ ਇੱਕ ਫੈਨ ਪੇਜ ਓਜੀ ਮੂਸ ਫੋਰ ਲਾਈਵ ਵਾਲੇ ਬ੍ਰਦਰ ਦਾ ਹੈਗਾ। ਸੋ ਇੱਥੇ ਅਗਰ ਟੀਮ ਥੋੜੀ ਜਿਹੀ ਐਫਰਟਸ ਕਰੇ ਤੇ ਸਿੱਧੂ ਬਾਈ ਦੇ ਇੰਨੇ ਜ਼ਿਆਦਾ ਗਾਣੇ ਨੇ, ਇੰਨਾ ਜ਼ਿਆਦਾ ਕੰਟੈਂਟ ਪਿਆ ਕਿ ਉਹਨੂੰ ਮਹੀਨੇ ਮਹੀਨੇ ਦੇ ਗੈਪ ਤੇ ਵੀ ਰਿਲੀਜ਼ ਕਰਨ ਤੇ 10-20 ਸਾਲ ਨਾ ਮੁੱਕੇ। ਬਾਤ ਸਹੀ ਹੈ। ਹੁਣ ਆਪਾਂ ਗੱਲ ਕਰਦੇ ਨੇ ਤੁਹਾਡੇ ਚ ਕਈ ਜਾਣਿਆਂ ਨੂੰ ਪ੍ਰਪੋਜ਼ ਕਰਨ ਲੱਗਿਆਂ ਬਾਰੇ ਦਿੱਕਤ ਆਉਂਦੀ। ਯਾ ਯਾ ਯਾ। ਜੋ ਇੱਥੇ ਤੁਹਾਡੇ ਵਾਸਤੇ ਮੇਰੇ ਪਾਸ ਇਸਕਾ ਸੋਲੂਸ਼ਨ ਹੈ। ਮਤਲਬ ਤੁਹਾਡਾ ਕੋਈ ਕ੍ਰਸ਼ ਹੈਗਾ, ਤੁਸੀਂ ਉਹਨੂੰ ਪ੍ਰਪੋਜ਼ ਕਰਨਾ ਹੈ ਤੇ ਤੁਹਾਨੂੰ ਕੋਈ ਕਸ਼ਟ ਨਹੀਂ ਉਠਾਣੇ ਪੈਣੇ। ਕਿਸੇ ਵੀ ਕ੍ਰਸ਼ ਨੂੰ ਭੇਜੋ ਤੇ ਆਪਣਾ ਕੰਮ ਨਿਪਟਾ ਦਿਓ। ਬਾਈ ਨੇ ਬੇਸਿਕਲੀ ਗਾਣੇ ਦੀ ਵੀਡੀਓ ਦੇ ਵਿੱਚ ਐਡੀਸ਼ਨ ਨਾਲੇ ਰੇਕਿੰਗ ਆਊਟ ਲਾਊਡ ਵਾਲੀ ਵਾਈਬ ਰੱਖੀ ਤੇ ਗਾਣੇ ਦੀ ਵੀਡੀਓ ਨੂੰ ਐਡਿਟ ਕੀਤਾ ਦਿਲਪ੍ਰੀਤ VFX ਬਾਈ ਨੇ। ਸੋ ਦੀ ਕਹਿੰਦੇ ਬਾਈ ਦੀ ਆਈ ਲਵ ਯੂ ਟ੍ਰੈਕ ਦਾ ਲਿੰਕ ਡਿਸਕ੍ਰਿਪਸ਼ਨ ਜਾ ਕੇ ਇਹਨੂੰ ਜ਼ਰੂਰ ਸੁਣਿਆ ਜੇ। ਅੱਛਾ 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 ਠੀਕ ਹੈ। ਐਂਡ ਤੇ ਆਪਾਂ ਗੱਲ ਕਰਨੇ ਨੇ ਸਿੱਧੂ ਮੂਸੇਵਾਲੇ ਬਾਈ ਦੇ ਇੱਕ ਐਸੇ ਗਾਣੇ ਦੀ ਜੋ ਕਿ ਪਾਕਿਸਤਾਨ ਵਾਸਤੇ ਹੈਗਾ। ਵਾਓ, ਇਹ ਗਾਣੇ ਸਿੱਧੂ ਬਾਈ ਨੇ ਪਾਕਿਸਤਾਨ ਦੇ ਮੁੰਡਿਆਂ ਨੂੰ ਸ਼ਾਊਟ ਆਊਟ ਦਿੱਤਾ ਹੈ। ਪੂਰਾ ਪਾਕਿਸਤਾਨ ਪੱਗਾਂ ਮੰਨਣ ਲੱਗ ਜੂ, ਮੈਨੂੰ ਲੱਗਦਾ ਕਿ ਇਹ ਟਰੈਕ ਹਲੇ ਵੀ ਅਨਰਿਲੀਜ਼ਡ ਹੈ ਤੇ ਇਹਦੀ ਸਟੋਰੀ ਕੁਝ ਚੇਂਜ ਹੈ ਕਿ ਇਹ ਸੌਂਗ ਸਿੱਧੂ ਬਾਈ ਨੇ ਪੱਗ ਤੇ ਲਿਖਿਆ ਹੋਇਆ ਹੈ। ਪਾਕਿਸਤਾਨ ਦੇ ਵਿੱਚ ਪੱਗਾਂ ਦਾ ਟ੍ਰੈਂਡ ਆ ਜੂਗਾ ਵੀ ਇਹ ਜਿਹਾ ਗਾਣਾ ਹੈਗਾ ਉਹ, ਕਿਉਂਕਿ ਸਿੱਧੂ ਬਾਈ ਕੋਲ ਇੱਕ ਇੰਸਟਾਗ੍ਰਾਮ ਲਾਈਵ 'ਚ ਪੁੱਛਿਆ ਗਿਆ ਸੀ ਕਿ ਪੱਗ ਤੇ ਗਾਣਾ ਆਏਗਾ, ਗਾਣਾ ਪੱਗ ਤੇ। ਹਾਂ ਬਾਈ ਹੈਗਾ ਇੱਕ ਗਾਣਾ ਪੱਗ ਤੇ ਵੀ, ਉਹ ਵੀ ਆਊਗਾ, ਛੇਤੀ ਆਊਗਾ ਨਾ, ਤੁਸੀਂ ਪਸੰਦ ਵੀ ਕਰੋਗੇ ਉਹਨੂੰ 101% ਇਹਦੀ ਸ਼ੋਰ। ਰੀਸੈਂਟਲੀ ਡੇਲੀ ਪੋਸਟ ਪੰਜਾਬੀ ਦੇ ਇੱਕ ਇੰਟਰਵਿਊ ਦੇ ਵਿੱਚ ਇਸ ਚੀਜ਼ ਦਾ ਖੁਲਾਸਾ ਹੋਇਆ ਕਿ ਪਾਕਿਸਤਾਨੀ ਮੁੰਡੇ ਜੋ ਸਿੱਧੂ ਬਾਈ ਦੇ ਗਾਣੇ ਸੁਣ ਕੇ ਪੱਗ ਬੰਨਣ ਲੱਗ ਗਏ ਸੀ, ਉਹਨਾਂ ਨੇ ਸਿੱਧੂ ਬਾਈ ਨੇ ਟਰੈਕ ਲਿਖੀ ਸੀ ਜਿਹਦੇ ਬਹੁਤ ਕੁਝ ਏਦਾਂ ਦੇ ਸਨ। ਗੱਭਰੂ ਨੂੰ ਵੇਖ ਵੇਖ ਮੁੰਡੇ ਪਾਕ 'ਚ ਵੀ ਪੱਗਾਂ ਬੰਨਦੇ, ਉਹ ਇੰਨਾ ਐਨਰਜੈਟਿਕ ਗਾਣਾ, ਮੈਨੂੰ ਐ ਵੀ ਉਹ ਕਦੋਂ ਆਊ। ਸੋ ਹੋਪਫੁਲੀ ਇਹ ਟਰੈਕ ਵੀ ਫਿਊਚਰ 'ਚ ਸੋਨ ਰਿਲੀਜ਼ ਕੀਤੀ ਜਾਏਗੀ ਜਿਹਦੇ 'ਚ ਪ੍ਰੋਪਰ ਪਾਕਿਸਤਾਨ ਨੂੰ ਸ਼ਾਊਟ ਆਊਟ ਦਿੱਤਾ ਜਾਏਗਾ।